ਚੋਣਾਂ ਤੋਂ ਠੀਕ ਪਹਿਲਾਂ ਅਮਰੀਕਾ ਦੇ ਨਿਊ ਜਰਸੀ ਦੇ ਕਸਬੇ ਹੋਬਾਕਨ 'ਚ ਮੇਅਰ ਦੇ ਅਹੁਦੇ ਲਈ ਉਮੀਦਵਾਰ ਬਣੇ ਸਿੱਖ ਵਿਅਕਤੀ ਰਵਿੰਦਰ ਭੱਲਾ ਬਾਰੇ ਪੈਂਫਲੇਟ 'ਚ ਅੱਤਵਾਦੀ ਸ਼ਬਦ ਵਰਤਿਆ ਗਿਆ। ਇੱਥੋਂ ਮੇਅਰ ਦੇ ਅਹੁਦੇ ਲਈ ਪਹਿਲੀ ਵਾਰ ਕਿਸੇ ਸਿੱਖ ਨੇ ਨਾਮਜ਼ਦਗੀ ਭਰੀ ਹੈ। ਉਸ ਦੇ ਦਫ਼ਤਰ ਬਾਹਰ ਖੜੀਆਂ ਕਾਰਾਂ ਦੇ ਸ਼ੀਸ਼ਿਆਂ 'ਤੇ ਉਸ ਨੂੰ ਅੱਤਵਾਦੀ ਦਰਸਾਉਣ ਵਾਲੇ ਪਰਚੇ ਚਿਪਕਾ ਦਿੱਤੇ ਗਏ। ਪਰਚਿਆਂ 'ਤੇ ਕੌਂਸਲ ਮੈਂਬਰ ਭੱਲਾ ਦੀ ਤਸਵੀਰ ਛਾਪੀ ਹੋਈ ਸੀ ਅਤੇ ਲਿਖਿਆ ਗਿਆ ਸੀ ਕਿ ਸਾਡੇ ਸ਼ਹਿਰ 'ਤੇ ਅੱਤਵਾਦ ਨੂੰ ਕਾਬਜ਼ ਨਾ ਹੋਣ ਦਿਓ। ਸਥਾਨਕ ਅਖਬਾਰ ਨੇ ਇਲਜ਼ਾਮ ਲਗਾਏ ਕਿ ਇਸ਼ਤਿਹਾਰੀ ਪਰਚੇ ਭੱਲਾ ਦੇ ਵਿਰੋਧੀ ਉਮੀਦਵਾਰ ਮਾਈਕ ਡੀ ਫੋਸਕੋ ਦੀ ਮੁਹਿੰਮ ਦਾ ਹਿੱਸਾ ਹੋ ਸਕਦੇ ਨੇ। ਉਸ ਵੱਲੋਂ ਜਾਰੀ ਅਸਲ ਪਰਚਿਆਂ ਵਿੱਚ ਭੱਲੇ ਨਾਲ ਮਤਭੇਦ ਦੀ ਗੱਲ ਕਹੀ ਗਈ ਸੀ। ਹਾਲਾਂਕਿ ਮਾਈਕ ਨੇ ਭੱਲਾ ਲਈ ਅੱਤਵਾਦੀ ਸ਼ਬਦ ਵਰਤਣ ਵਾਲੇ ਪਰਚਿਆਂ ਦੀ ਨਿੰਦਾ ਕੀਤੀ ਹੈ। ਉਸ ਨੇ ਕਿਹਾ ਕਿ ਉਹ ਨਾ ਸਿਰਫ ਰਵੀ ਭੱਲਾ ਵਿਰੁੱਧ ਇੰਨੇ ਭੱਦੇ ਪਰਚਿਆਂ ਦੀ ਨਿੰਦਾ ਕਰਦੇ ਨੇ ਜੋ ਇਸ ਤਰ੍ਹਾਂ ਛਾਪੇ ਗਏ ਨੇ ਜਿਵੇਂ ਉਸ ਦੀ ਚੋਣ ਮਹਿਮ 'ਚ ਆਏ ਹੋਣ, ਬਲਕਿ ਉਹ ਅਜਿਹੇ ਨਸਲ ਭੇਦ ਦੇ ਖਿਲਾਫ਼ ਨੇ। ਉਹਨਾਂ ਨੇ ਇਸ ਨੂੰ ਆਪਣੇ ਵਿਰੁੱਧ ਲਿੰਗਕ ਹਮਲਾ ਦੱਸਿਆ। ਦਰਅਸਲ ਮਾਈਕ ਜੇਕਰ ਚੁਣਿਆ ਜਾਂਦਾ ਹੈ ਤਾਂ ਉਹ ਹੋਬੋਕਨ ਦਾ ਪਹਿਲਾ ਗੇ ਮੇਅਰ ਹੋਏਗਾ। ਉਸਨੇ ਕਿਹਾ ਕਿ ਉਹ ਆਪਣਾ ਸ਼ਹਿਰ ਵਿੱਚ ਨਫ਼ਰਤ ਨੂੰ ਜਿੱਤਣ ਨਹੀਂ ਦੇਵੇਗਾ। ਆਪਣੇ ਵਿਰੁੱਧ ਛਾਪੇ ਗਏ ਇਹਨਾਂ ਇਸ਼ਤਿਹਾਰੀ ਪਰਚਿਆਂ ਬਾਰੇ ਭੱਲਾ ਨੇ ਕਿਹਾ ਕਿ ਉਹ ਇਸ ਘਟਨਾ ਨੂੰ ਆਪਣੇ ਆਉਣ ਵਾਲੀ ਪੀੜ੍ਹੀ ਨੂੰ ਇਹ ਸਿਖਾਉਣ ਲਈ ਵਰਤਣਾ ਚਾਹੁੰਦੇ ਨੇ ਕਿ ਕਿਸੇ ਨੂੰ ਉਸਦੇ ਆਚਰਣ ਅਤੇ ਚਰਿੱਤਰ ਤੋਂ ਪਛਾਣਿਆ ਜਾਵੇ, ਨਾ ਕਿ ਉਸਦੇ ਪਹਿਰਾਵੇ ਤੋਂ।